ਜਲੰਧਰ ਵਿੱਚ ਕਾਨੂੰਵਾਲ ਬਾਈਪਾਸ ਦੇ ਨੇੜੇ ਵੀਰਵਾਰ ਦੁਪਹਿਰ ਕਾਰ ਸਵਾਰ ਚਾਰ ਨੌਜਵਾਨਾਂ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਸ਼ਰੇਆਮ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਸ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋ ਗਈ ਜਦਕਿ ਦੋ ਨੌਜਵਾਨ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਸੂਤਰਾਂ ਦੇ ਮੁਤਾਬਕ ਕਾਰ ਵਿੱਚ ਪੰਜ ਨੌਜਵਾਨ ਸਵਾਰ ਸਨ ਅਤੇ ਉਕਤ ਨੌਜਵਾਨ ਗੁਰਦਾਸਪੁਰ ਤੋਂ ਕਾਨੂੰਵਾਲ ਵਾਲੀ ਸਾਈਡ ਜਾ ਰਹੇ ਸਨ। ਇਸ ਦੌਰਾਨ ਜਿਵੇਂ ਹੀ ਉਕਤ ਨੌਜਵਾਨ ਕਾਨੂੰਵਾਲ ਬਾਈਪਾਸ ਕੋਲ ਪਹੁੰਚੇ ਤਾਂ ਅਣਪਛਾਤੇ ਹਮਲਾਵਰਾਂ ਨੇ ਕਾਰ ਨੂੰ ਰੋਕ ਕੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਹਰਪ੍ਰੀਤ ਸਿੰਘ ਸੂਬੇਦਾਰ ਅਤੇ ਸੁਖਚੈਨ ਸਿੰਘ ਜੱਟ ਦੀ ਮੌਤ ਮੌਕੇ 'ਤੇ ਹੋ ਗਈ ਜਦਕਿ ਦੋ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਸੂਤਰਾਂ ਦੇ ਮੁਤਾਬਕ ਇੱਕ ਨੌਜਵਾਨ ਨੂੰ ਹਮਲਾਵਰ ਅਗਵਾ ਕਰਕੇ ਵੀ ਲੈ ਗਏ ਨੇ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਵਾਰਦਾਤ ਤੋਂ ਬਾਅਦ ਸਥਾਨਕ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਨਾਕਾਬੰਦੀ ਕਰ ਦਿੱਤੀ ਗਈ ਹੈ। ਹਲੇ ਆਪਾਂ ਪਹੁੰਚੇ ਉਹ ਸਾਈਡਾਂ 'ਤੇ ਲੱਗੇ ਤੇ ਪੰਜ ਨੇ ਪੁਲ ਦੇ ਸਾਈਡਾਂ ਕੋਲੋਂ ਪਹਿਲੇ ਸੋ ਸਾਡੀ ਸਾਰੀ ਪਈ ਆ ਗੱਡੀ 'ਚ ਆਉਣ ਡੇ ਕਚਹਿਰੀ ਹੋਵੇ ਕੋਈ ਮਗਰ ਲੱਗਾ ਹੋਊਗਾ ਅਤੇ ਨਾਲ ਹੀ ਇੱਕ ਟਾਈ ਟਵਾਟੀ ਦੇ ਲਿਆ ਕੇ ਪੂਰੀ ਬੰਪਰ ਦਾ ਬੰਪਰ ਲਾ ਕੇ ਗੱਡੀ ਉਹਨਾਂ ਨਾਲ ਹੀ ਇੰਨੇ ਵਾ ਗੋਲੀਆਂ ਚਲਾਉਣੀਆਂ ਸਟਾਰਟ ਕਰਤੀਆਂ। ਉਹਨਾਂ ਦਾ ਮੇਨ ਟਾਰਗੇਟ ਸੂਬੇਦਾਰ ਹੀ ਅਤੇ ਬਾਕੀ ਨਾਲ ਹੀ ਗੋਲੀਆਂ ਜਿਹੜੇ ਦੌੜੇ ਆ ਜਿਹੜੇ ਨਾਲ ਤਿਆਂ ਨੇ ਬਾਕੀਆਂ 'ਤੇ ਗੋਲੀਆਂ ਮਾਰਤੀ ਅਤੇ ਮੈਂ ਪੂਰਾ ਥੱਲੇ ਬਹਿ ਗਿਆ ਪੂਰੀ ਸੀਟ ਦੇ ਵਿੱਚ। ਇੱਕ ਬੜਾ ਮੇਰੇ ਗੋਲੀ ਮਾਰਨ ਲੱਗਾ ਸੁੱਖ ਕਿਤੇ ਇਹਨੂੰ ਗੋਲੀ ਨਾ ਮਾਰੀ ਇਹਨੂੰ ਜਾਣ ਦੇ। ਜਣੇ ਸਾਡੇ ਕੋਲ ਤਿੰਨ ਆਦਮੀ ਆਏ ਸੀ ਜਿਹਨਾਂ 'ਚੋਂ ਦੋ ਜਿਹੜੇ ਸੀ ਉਹ ਬਰੋਡ ਡੈਡ ਆਏ ਨੇ। ਇੱਕ ਹੈਪੀ ਨਾਂ ਦਾ ਜਿਹੜਾ ਮੁੰਡਾ ਹੈਗਾ ਇਹ ਸੀਰੀਅਸ ਹਾਲਤ ਵਿੱਚ ਆਇਆ, ਇਹਦੀ ਬੱਖੀ ਦੇ ਵਿੱਚ ਗੋਲੀ ਲੱਗੀ ਹੈ, ਲੀਵਰ ਵਗੈਰਾ ਡੈਮੇਜ ਲੱਗਦਾ ਅੰਦਰੋਂ। ਅਸੀਂ ਫਸਟ ਏਡ ਦੇ ਕੇ ਇਹਨੂੰ ਅੰਮ੍ਰਿਤਸਰ ਜਿਹੜਾ